ਛੋਟਾ ਜਿਹਾ ਛੋੜੀ ਆ ਵੇਖੋ ਤਾਂ ਪਛਾਣ ਅੱਜੀ ਕਹਿੰਦੇ ਆ ਵਾਈਟ ਸ਼ਾਟ ਕਰੀਏ ਪੰਜਾਬ ਬਾਰੇ ਸੋਚ ਰਹੇ ਮਾਰ ਕੇ ਸਾੜ ਕੇ ਇੰਨਾ ਨਸਾ ਕੇ ਬੋਲੇ ਚੁਕਾ ਕੇ ਚੌਥੇ ਦਿਨ ਮੇਰੇ ਬੇਟੇ ਦੀ ਲਾਸ਼ ਲੱਭੀ ਨਸਾ ਪਹਿਲਾਂ ਨੂੰ ਨਸੇ ਤੇ ਲਾਇਆ ਗਿਆ ਫਿਰ ਉਹਨੂੰ ਨਸੇ ਤੇ ਹਲਾਤ ਵੀ ਮਾਰਿਆ ਗਿਆ ਅੱਜ ਤੱਕ ਮੇਰੀ ਕਿਸੇ ਨੇ ਸੁਣੀ ਨੀ ਅਸੀਂ ਜੋ ਵੀ ਇਲੈਕਸ਼ਨਾਂ ਹੋਣ ਅੰਮ੍ਰਿਤਸਰ ਚ ਅਸੀਂ ਮੰਗਾ ਰਹੇ ਹਾਂ ਤੇ ਸਾਰੇ ਆਪਣੇ ਬੱਚਿਆਂ ਨੂੰ ਅਸੀਂ ਵੰਡਾਂਗੇ ਜਿਨ੍ਹਾਂ ਨੂੰ ਸਮਝੋਗਾ ਕਿਉਂਕਿ ਸਹੀ ਦਵਾਈਆਂ ਦੇਣਾ ਵੀ ਇਹਨਾਂ ਦਾ ਫਰਜ਼ ਹੈ। ਦੇਖੋ ਦੂਜੀ ਕਾਨੂੰਨੀ ਵਿਵਸਥਾ ਚ ਤਾਂ ਜਿਹੜੇ ਇਹ ਗੰਦਾ ਕੰਮ ਕਰਦੇ ਆ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਲੇਕਿਨ ਨਾਲ ਜਿਹੜੀਆਂ ਦਵਾਈਆਂ ਨੇ ਉਹ ਸਹੀ ਦੇਣੀਆਂ ਚਾਹੀਦੀਆਂ ਤੇ ਤੀਜੀ ਸਾਡੇ ਬੱਚਿਆਂ ਨੂੰ ਇੱਥੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਤਾਂ ਉਹ ਉਸ ਪਾਸੇ ਲੱਗਣਗੇ ਕਿ ਆਹ ਨਸ਼ਿਆਂ ਵਾਲੇ ਕੰਮ ਤੋਂ ਬਿਲਕੁਲ ਤੁਹਾਡੇ ਨਾਲ
ਦੇਖੋ ਮੈਂ ਕਦੀ ਇਹ ਨੀ ਕਹਿੰਦਾ ਕਿ ਪਿੱਛੇ ਕਰਾਂਗੇ, ਨਾਲ ਮੈਂ ਇਹ ਵੀ ਦੱਸਿਆ ਕਿ ਦੋ ਤਰੀਕੇ ਕਿਤਨਾ ਆਪਾਂ ਉਹਨਾਂ ਨੂੰ ਠੀਕ ਬਿਲਕੁਲ ਸਹੀ ਗੱਲ ਹੈ, ਉਹਦਾ ਹੱਕ ਹੈ, ਇਹਦਾ ਤੁਹਾਡਾ ਵੀ ਹੱਕ ਹੈ। ਭੈਣ ਦੇ ਬੱਚੇ ਨੇ ਨਸ਼ੇ ਦੇ ਕੇਸ ਆਵਾਜ਼ ਉਠਾਈ ਸੀ, ਉਹਦੀ ਆਹ ਹਾਲਤ ਕੀਤੀ ਆ ਨਸ਼ੇ ਦੇ ਵਪਾਰੀਆਂ ਨੇ। ਆਪਣੇ ਭਾਈ ਸਾਹਿਬ ਦੇ ਬੁਲਾਵੇ ਤੇ ਇਹਨਾਂ ਦੇ ਪਿੰਡ ਆਏ ਹਾਂ। ਇਹ 11/5/24 ਨੂੰ ਇਹਨਾਂ ਦੀ ਮੌਤ ਹੋਈ ਤੇ ਨਸ਼ਿਆਂ ਕਰਕੇ ਹੋਈ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇੱਥੋਂ ਦੇ ਲੀਡਰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਅਸੀਂ ਆਹ ਡਿਵੈਲਪਮੈਂਟ ਕਰਦੀ ਕਰੋੜਾਂ ਰੁਪਈਏ ਦੇ ਤੇ, ਆਹ ਜਿਹੜਾ ਇੱਥੇ ਮਾਝੇ ਦਾ ਸ਼ੇਰ ਬਣਿਆ ਫਿਰਦਾ ਆ, ਇਹ ਆਪਣੇ ਜੀਜੇ ਨੂੰ ਮਜ਼ਾਕ 'ਚ ਕਹਿੰਦਾ ਦੇਖੋ ਜੀ ਆਹ ਫਲਾਣਾ ਫਲਾਣ ਕਰਦਾ, ਇਹ ਨਹੀਂ ਪਤਾ ਆਪਣੇ ਇਲਾਕੇ 'ਚ ਪਹਿਲਾਂ ਨਸ਼ੇ ਤਾਂ ਠੀਕ ਕਰ ਲਾ, ਵੱਡੀਆਂ ਵੱਡੀਆਂ ਡਿਵੈਲਪਮੈਂਟ ਦੀਆਂ ਗੱਲਾਂ ਕਰਦਾ ਆ, ਦੂਜਿਆਂ ਦਾ ਮਜ਼ਾਕ ਉਡਾਉਂਦਾ ਆ, ਸ਼ਰਮ ਆਉਣੀ ਚਾਹੀਦੀ ਤੈਨੂੰ, ਆਹ ਦੇਖ ਆਹ ਮਾਪਿਆਂ ਦਾ ਰੋਣਾ ਦੇਖ, ਤੇਰੇ ਇਲਾਕੇ 'ਚ ਨੇ ਤੇ ਨਸ਼ਿਆਂ 'ਚ ਡੁੱਬੇ ਹੋਏ ਨੇ ਵਿਚਾਰੇ ਇਹਨਾਂ ਦੇ ਬੱਚੇ, ਇਹਨਾਂ ਨੂੰ ਕੌਣ ਠੀਕ ਕਰੂਗਾ, ਇਹਦੇ ਵੱਲ ਫੋਕਸ ਕਰ, ਦੂਜਿਆਂ ਦੇ ਮਿੱਟੀਆਂ ਸੁੱਟਦਾ ਆ। ਕਾਤਲ ਕੋਈ ਅਰਸਾਂ 'ਚੋਂ ਤੇ ਭਾਜੀਆਂ ਨਹੀਂ ਗਿਆ, ਕਾਤਲ ਵੀ ਤੇ ਪਿੰਡ 'ਚ ਹੋਈਆਂ, ਉਹਨਾਂ ਨੂੰ ਲੱਭਣਾ ਚਾਹੀਦਾ ਸਰਕਾਰ ਨੂੰ, ਕਿਉਂ ਨਹੀਂ ਉਹ ਲੱਭਦੀ। ਦੇਖੋ ਮੈਂ ਬਹੁਤ ਕਲੀਅਰ ਨਸ਼ਿਆਂ ਦੇ ਬਾਰੇ ਗੱਲ ਕੀਤੀ ਆ ਕਿ ਆਪਾਂ ਅੰਮ੍ਰਿਤਸਰ ਨਸ਼ਾ ਮੁਕਤ ਬਣਾਉਣਾ ਆ, ਉਹਦੇ 'ਚ ਲਾਅ ਐਂਡ ਆਰਡਰ ਵਾਲੀ ਵੀ ਗੱਲ ਹੈ ਕਿ ਜਿਹੜੇ ਆਪਣੇ ਆਪ ਨੂੰ ਵੱਡੇ ਬਦਮਾਸ਼ ਸਮਝਦੇ ਨੇ ਤੇ ਇਹਦਾ ਵਪਾਰ ਕਰਦੇ ਨੇ ਤੇ ਬਦਮਾਸ਼ੀਆਂ ਕਰਦੇ ਨੇ, ਆਪਣੇ ਆਪ ਨੂੰ ਬਹੁਤ ਤਕੜੇ ਬਦਮਾਸ਼ ਸਮਝਦੇ ਨੇ ਤੇ ਆਹ ਨਸ਼ਿਆਂ ਦਾ ਵਪਾਰ ਕਰਦੇ ਆ, ਆਪਾਂ ਕੇਂਦਰ ਏਜੰਸੀ ਤੋਂ ਇਹਦੀ ਛਾਣਬੀਨ ਕਰਵਾ ਕੇ ਇਹਨਾਂ ਨੂੰ ਅੰਦਰ ਕਰਵਾਵਾਂਗੇ। ਲੇਕਿਨ ਉਹ ਤੋਂ ਅੱਗੇ ਰੀਹੈਬਲੀਟੇਸ਼ਨ ਸੈਂਟਰ ਵੀ ਆਪਾਂ ਸਭ ਤੋਂ ਦੁਨੀਆ ਦਾ ਵਧੀਆ ਅੰਮ੍ਰਿਤਸਰ ਬਣਾਵਾਂਗੇ ਤੇ ਜਿਹੜੀਆਂ ਦਵਾਈਆਂ ਮੈਨੂੰ ਪਤਾ ਅਮਰੀਕਾ 'ਚ ਦੋ ਦਵਾਈਆਂ ਸਕਸੈਸਫੁਲ ਨੇ, ਇੱਕ ਨੱਕ ਦੇ ਡਰੋਪਸ ਤੇ ਇੱਕ ਟੀਕੇ, ਉਹ ਦੋਵੇਂ ਅਸੀਂ ਮੁਫਤ ਆਪਣੇ ਇਲਾਕੇ 'ਚ ਵਿਕਵਾਵਾਂਗੇ, ਮਤਲਬ ਫ੍ਰੀ ਦੇਵਾਂਗੇ। ਬੱਚਿਆਂ ਨੂੰ ਸਹੀ ਦਵਾਈ ਦੇਣੀ ਚਾਹੀਦੀ ਕਿ ਉਹ ਠੀਕ ਹੋਣ, ਉਹ ਗਲਤ ਦਵਾਈ ਨਹੀਂ ਜਿਹੜੀ ਬਲੈਕ 'ਚ ਵੇਚਦੇ ਹੋ ਤੇ ਉਹਦੇ ਨਸ਼ਿਆਂ 'ਚ ਹੋਰ ਫਸਣ। ਤੇ ਤੀਜੀ ਗੱਲ, ਇਹਦੇ ਨਾਲ ਨਾਲ ਹੀ ਇੱਥੇ ਨੌਕਰੀਆਂ ਵੀ ਆਉਣੀਆਂ ਚਾਹੀਦੀਆਂ ਆ। ਦੇਖੋ ਅਸੀਂ ਸਟਾਰਟਅਪ ਦਾ ਇਨੀਸ਼ੀਏਟਿਵ ਲਿਆ ਆ, ਬੱਚਿਆਂ ਲਈ ਖਾਸ ਤੌਰ 'ਤੇ ਲਿਆ ਹੈ, ਸਾਡੇ ਯੂਥ ਲਈ ਲਿਆ। ਅਗਰ ਅਸੀਂ ਉਹਨਾਂ ਨੂੰ ਉਹਨਾਂ ਦੀ ਐਨਰਜੀ ਨੂੰ ਸਹੀ ਦਿਸ਼ਾ 'ਚ ਲਾਵਾਂਗੇ ਤੇ ਫਿਰ ਉਹ ਗਲਤ ਪਾਸੇ ਨਹੀਂ ਪੈਣਗੇ। ਸੋ ਆਹ ਤਿੰਨੋਂ ਚੀਜ਼ਾਂ ਕਰਨੀਆਂ ਜ਼ਰੂਰੀ ਨੇ ਔਰ ਇਹ ਇਕੱਠੀਆਂ ਕਰਾਂਗੇ ਤੇ ਫਿਰ ਮੈਂ ਦੁਬਾਰਾ ਜਿਹੜੇ ਲੀਡਰ ਬਣੇ ਫਿਰਦੇ ਨੇ ਉਹਨਾਂ ਨੂੰ ਇਹ ਕਹਿੰਦਾ ਆ ਕਿ ਸਾਨੂੰ ਆਪਣੇ ਇਲਾਕੇ ਵੱਲ ਪਹਿਲਾਂ ਦੇਖਣਾ ਚਾਹੀਦਾ ਤੇ ਜਿਤਨਾ ਇਹ ਭੈਣਾਂ ਨੇ ਮੈਨੂੰ ਦੱਸਿਆ ਕਿ ਨਸ਼ਾ ਬਹੁਤ ਸਾਡੇ ਅੰਮ੍ਰਿਤਸਰ 'ਚ ਬਹੁਤ ਹੀ ਮੁਸੀਬਤ ਆ ਪਰਿਵਾਰਾਂ ਲਈ ਤੇ ਬੱਚਿਆਂ ਲਈ ਤੇ ਸਾਨੂੰ ਇਹ ਜੰਗ ਇਹਦੇ 'ਤੇ ਕਰਨੀ ਪੈਣੀ, ਇਹਨੂੰ ਬਿਲਕੁਲ ਕਾਲੇ ਚਸ਼ਮੇ ਪਾ ਕੇ ਤੇ ਦੰਦ ਦਿਖਾ ਕੇ
ਵੱਡੀਆਂ ਵੱਡੀਆਂ ਗੱਲਾਂ ਕਰਕੇ ਇਹ ਕੰਮ ਨਹੀਂ ਠੀਕ ਹੋਣਾ। ਇਹ ਅਸੀਂ ਮੋਦੀ ਸਾਹਿਬ ਦੀ ਸਰਕਾਰ ਨੇ ਜਿਸ ਤਰ੍ਹਾਂ ਉੱਤਰ ਪ੍ਰਦੇਸ਼ 'ਚ ਇਨੀਸ਼ੀਏਟਿਵ ਲਏ ਨੇ, ਇੱਥੇ ਵੀ ਅਸੀਂ ਉਸ ਤਰ੍ਹਾਂ ਹੀ ਠੀਕ ਕਰਵਾਵਾਂਗੇ। ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਬਦਮਾਸ਼ ਸਮਝਦੇ ਆ, ਉਹਨਾਂ 'ਤੇ ਕਾਨੂੰਨੀ ਕਾਰਵਾਈ ਤਗੜੀ ਕਰਾਂਗੇ ਅਤੇ ਨਸ਼ਿਆਂ ਦਾ ਵਪਾਰ ਬੰਦ ਕਰਵਾਵਾਂਗੇ। ਅਤੇ ਉਹ ਤੋਂ ਅੱਗੇ ਜਿਹੜੀ ਰੀਹੈਬਲੀਟੇਸ਼ਨ ਦੀਆਂ ਦਵਾਈਆਂ ਸਹੀ ਨੇ ਉਹ ਵੀ ਅਸੀਂ ਬੱਚਿਆਂ ਤੱਕ ਮੁਫ਼ਤ ਪਹੁੰਚਾਵਾਂਗੇ ਅਤੇ ਨਾਲ ਨੌਕਰੀਆਂ ਦੀ ਵੀ। ਇਹ ਸਾਰੀਆਂ ਚੀਜ਼ਾਂ ਮੈਂ ਆਪਣੀ ਵਿਜ਼ਨ 'ਚ ਪਾਈਆਂ ਨੇ ਅਤੇ ਜਿਹੜੇ ਜਿਹੜੇ ਲੀਡਰ ਕਹਿੰਦੇ ਨੇ ਅਸੀਂ ਤਾਂ ਪੰਜਾਬ ਦੀ ਅੰਮ੍ਰਿਤਸਰ ਦੀ ਖਾਸ ਤੌਰ 'ਤੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਕਰਤੀ, ਉਹ ਇੱਕ ਵਾਰੀ ਆ ਕੇ ਇੱਥੇ ਮਾਪਿਆਂ ਨੂੰ ਮਿਲਣ ਅਤੇ ਉਹਨਾਂ ਦਾ ਰੋਣਾ ਦੇਖਣ, ਉਹਨਾਂ ਦੀ ਗੱਲ ਸੁਣਨ, ਅਤੇ ਫਿਰ ਉਹਨਾਂ ਦੇ ਕੰਨ ਵੀ ਖੁੱਲ੍ਹਣਗੇ ਅਤੇ ਅੱਖਾਂ ਵੀ ਖੁੱਲ੍ਹਣਗੀਆਂ। ਮੈਂ ਬਿਲਕੁਲ ਤੁਹਾਡੇ ਨਾਲ ਗੱਲਬਾਤ, ਮੈਂ ਤਦੇ ਕਹਿੰਦਾ ਕਿ ਅਮਰੀਕਾ 'ਚ ਦੋ ਦਵਾਈਆਂ ਨੇ ਸਾਡੇ ਬਹੁਤ ਜ਼ਿਆਦਾ ਬੱਚੇ ਤੋਂ ਤੰਗ ਹੋਏ, ਤੀਹ ਹਜ਼ਾਰ ਗਾਹ ਦਾ ਪੁੱਤ ਜਵਾਨ ਜਿਹੜਾ ਹੱਥੋਂ ਟੱਪਦਾ ਜਾਣ ਡਿਆ, ਵੇਖਿਆ ਨੀ ਜਾਂਦਾ ਵਾ, ਤੇਰੀ ਕਦੀ ਕਦੇ ਡਿੱਗ ਜਾਂਦਾ, ਕਦੀ ਕਦੇ ਡਿੱਗ ਜਾਂਦਾ, ਇਹ ਕਿੱਥੇ ਚਲ ਜਾਈਏ? ਸੈਂਟਰ ਬੰਦ ਕਰਾਉਣਾ ਚਾਹੀਦਾ, ਜਿਹੜੇ ਗੋਲੀਆਂ ਦੇ ਮੁੱਲ ਦੀਆਂ ਸਾਨੂੰ ਆਉਣੀ ਚਾਹੀਦੀ। ਸਹੀ ਸੈਂਟਰ ਖਿਲਾਵਾਂਗੇ, ਸਹੀ ਦਵਾਈਆਂ ਦਵਾਵਾਂਗੇ, ਮੋਦੀ ਸਾਹਿਬ ਦੀ ਗਰੰਟੀ ਆ ਤੁਹਾਨੂੰ ਤੇ ਮੈਂ ਕਰਵਾਉਂਗਾ। ਅਸੀਂ ਤੁਹਾਡੀ ਡਿਟੇਲ ਲੈ ਕੇ ਮੈਂ ਆਪ ਜਿਹੜੀ ਆ ਇੱਥੋਂ ਦੀਆਂ ਅਥਾਰਟੀ ਨੇ ਉਹਨਾਂ ਨਾਲ ਗੱਲ ਕਰਾਂਗਾ। ਕੋਈ ਗੱਲ ਨੀ ਜੀ, ਬੱਚੇ ਨੇ 6 ਮਹੀਨੇ ਤੋਂ ਬੰਬੇ ਤੋਂ ਆਇਆ ਸੀ ਤੇ ਉੱਥੇ ਮੈਟਰੋ ਲਾਈਨ ਦਾ ਕੰਮ ਕਰਦੇ ਸੀ, ਤੇ ਕੋਈ ਪ੍ਰੋਬਲਮ ਨੀ ਸੀ। ਇਹੋ ਜਿਹੀ ਇੱਥੇ ਆ ਕੇ ਇਹੋ ਜਿਹੀ ਸੰਗਤ ਦੇ ਵਿੱਚ ਵੜਿਆ ਕਿ ਨਸ਼ਿਆਂ ਨੇ ਗੁਲਤਾਨ ਕਰ ਦਿੱਤਾ, ਜਿਹਦੀ ਕਿ 11 ਨੂੰ ਮੌਤ ਹੋ ਗਈ ਆ। ਬਹੁਤ ਜ਼ਿਆਦਾ ਨਸ਼ਾ ਪਿੰਡ ਵਿੱਚ, ਘੱਟੋ ਘੱਟ ਮੇਰੇ ਪਿੰਡ ਵਿੱਚ ਹੀ 25-30 ਡੀਲਰ ਹੈਗੇ ਜਿਹੜੇ ਵੇਚਦੇ ਆ। ਕੀ ਮੰਗ ਕਰਦੇ ਜੀ? ਹਰ ਮਿੰਟ ਬਾਅਦ ਇੱਕ ਬੰਦਾ ਮੇਰੀ ਗਲੀ ਦੇ ਵਿੱਚ ਆਉਂਦਾ ਨਸ਼ਾ ਲੈਣ ਵਾਸਤੇ, ਤੇ ਮੈਂ ਮੰਗ ਕਰਦਾ ਵਾ ਵੀ ਇਸ ਪੰਜਾਬ ਨੂੰ ਨਸ਼ੇ ਤੋਂ ਮੁਕਤ ਕੀਤਾ ਜਾਵੇ, ਭਾਰਤ ਨੂੰ ਇੱਕ ਵਧੀਆ ਦੇਸ਼ ਬਣਾਇਆ ਜਾਵੇ ਜਿੱਥੇ ਕਿ ਨਸ਼ਿਆਂ ਤੋਂ ਅੱਗੇ ਅਸੀਂ ਸਾਰੇ ਦੂਰ ਸਾਂ ਉਸੇ ਤਰ੍ਹਾਂ ਹੀ ਹੋਇਆ, ਤੇ ਜਿਹੜੇ ਨਸ਼ਿਆਂ ਦਾ ਕਾਰੋਬਾਰ ਕਰਦੇ ਉਹਨਾਂ 'ਤੇ ਲਗਾਮ ਕੱਸੀ ਜਾਵੇ, ਉਹਨਾਂ ਨੂੰ ਪੂਰੀ ਸਜ਼ਾ ਮਿਲੇ ਤਾਂ ਜੋ ਆਉਣ ਵਾਲਾ ਪਰਿਵਾਰ ਜਿਹੜਾ ਸਾਡਾ ਬਚ ਸਕੇ। ਛੋਟੇ ਛੋਟੇ ਬੱਚੇ 11-11 ਸਾਲ ਦੇ ਵੀ ਨਸ਼ੇ ਦੇ ਵਿੱਚ ਗੁਲਤਾਨ ਹੋਏ ਪਏ ਆ। ਅੱਜ ਸਾਨੂੰ ਸਾਹਿਬ ਆਏ ਸੀ ਤੁਹਾਡੇ ਘਰ ਦੀ, ਔਰ ਕੀ ਵਿਸ਼ਵਾਸ ਦਵਾ ਸੀ ਗਏ? ਵਿਸ਼ਵਾਸ ਉਹਨਾਂ ਨੇ ਵੀ ਕਿਹਾ ਵਾ ਵੀ ਅਸੀਂ ਇਸ ਬਾਰੇ ਜ਼ਰੂਰ ਅੱਗੇ ਸੈਂਟਰ ਦੇ ਵਿੱਚ ਮੰਗ ਕਰਾਂਗੇ। ਅਜੇ ਤਾਂ ਸੰਧੂ ਸਾਹਿਬ ਇੱਥੇ ਸਾਡੇ ਕੋਲ ਵੈਸੇ ਆਏ ਆ ਵੀ ਉਹਨਾਂ ਨੇ ਉੱਥੇ ਜਾਣਗੇ ਤਾਂ ਹੀ ਸਾਡੀ ਗੱਲ ਕਰਨਗੇ ਨਾ, ਅਜੇ ਤਾਂ ਪਹੁੰਚਣਗੇ ਫਿਰ ਹੀ ਆ, ਅਸੀਂ ਪਹੁੰਚਾਵਾਂਗੇ ਉਹਨਾਂ ਨੂੰ ਤਾਂ ਫਿਰ ਸਾਡੇ ਹੱਕ ਦੇ ਵਿੱਚ ਕੋਈ ਗੱਲ ਆਏਗੀ। ਹਲੇ ਤਾਂ ਕੁਛ ਨਹੀਂ ਹੈ, ਅਜੇ ਉਹਨਾਂ ਨੇ ਯਕੀਨ ਦਵਾਇਆ ਵੀ ਅਸੀਂ ਜ਼ਰੂਰ ਤੁਹਾਡੇ ਵਾਸਤੇ ਕੁਛ ਨਾ ਕੁਛ ਕਰਾਂਗੇ, ਪੰਜਾਬ ਨੂੰ ਅੰਮ੍ਰਿਤਸਰ ਨੂੰ ਵਧੀਆ ਇੱਕ ਨਸ਼ਾ ਮੁਕਤ ਸ਼ਹਿਰ ਬਣਾਵਾਂਗੇ, ਪੰਜਾਬ ਨੂੰ ਵਧੀਆ ਪੰਜਾਬ ਬਣਾਵਾਂਗੇ। ਸੋ ਮੈਂ ਇਸ ਗੱਲ 'ਤੇ ਹੀ ਖੁਸ਼ ਹਾਂ ਵੀ ਮੇਰੇ ਘਰ ਪਹੁੰਚ ਕੇ ਇਹਨਾਂ ਨੇ ਜੋ ਇਹ ਮੈਨੂੰ ਯਕੀਨ ਦਵਾਇਆ ਵੀ
ਮੇਰੇ ਪੰਜਾਬ ਨੂੰ ਇਹ ਬਚਾਉਣਗੇ, ਮੈਂ ਉਹਨਾਂ ਦਾ ਧੰਨਵਾਦੀ ਹਾਂ।